ਹੁਣ ਆਪਾਂ ਆ ਜਾਂਦੇ ਹਾਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਤੁਸੀਂ ਸਾਂਝੇ ਰੂਪ ਚ ਪੰਜਾਬ ਹਰਿਆਣਾ ਤੇ ਪੂਰੇ ਦੇਸ਼ ਦੇ ਲੋਕਾਂ ਨੇ ਉੱਥੇ ਮਤਲਬ ਲੰਮਾ ਸਮਾਂ ਸਾਲ ਤੋਂ ਵੀ ਉੱਪਰ ਜਿਹੜਾ ਸਮਾਂ ਲੰਘ ਕੇ ਜਿਹੜਾ ਉਹ ਮੋਰਚਾ ਜਿੱਤਿਆ ਸਰਕਾਰ ਤੋਂ ਜਿਹੜੀਆਂ ਮੰਗਾਂ ਤੁਸੀਂ ਕਾਨੂੰਨ ਜਿਹੜੇ ਉਹ ਰੱਦ ਕਰਵਾਏ ਲੇਕਿਨ MSP ਜਿਹੜੀ ਤੁਸੀਂ ਸਰਕਾਰ ਨੇ ਕਿਹਾ ਸੀ ਇਹਨੂੰ ਕਾਨੂੰਨੀ ਬਣਾ ਦਿੱਤਾ ਜਾਊਗਾ ਉਹ ਹਾਲੇ ਤੱਕ ਨਹੀਂ ਹੋਈ। ਉਹਦੇ ਲਈ ਜਿਹੜਾ ਸੰਘਰਸ਼ ਹਾਲੇ ਵੀ ਤੁਹਾਡਾ ਜਾਰੀ ਆ ਤੇ ਹੁਣ ਤੁਸੀਂ ਉਹਦੇ ਲਈ ਕੀ ਕਰ ਰਹੇ ਆ ਜਿੱਦਾਂ ਉੱਥੇ ਮੈਨੂੰ ਪਤਾ ਲੱਗਾ ਸੀ ਬਈ ਸ਼ਰਧਾਂਜਲੀ ਸਮਾਗਮ ਵੀ ਕੋਈ ਹੋ ਰਿਹਾ ਜਾਂ ਹੋ ਗਿਆ? ਦੇਖੋ ਉਹ ਅਸੀਂ ਉੱਥੇ ਸ਼ਰਧਾਂਜਲੀ ਸਮਾਗਮ ਰੱਖਿਆ ਸੀਗਾ ਜੀ ਉਹਦਾ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਸੀਗੇ। ਨਰੇਲਾ ਦੀਆਂ ਸੰਗਤਾਂ ਦਾ ਸਹਿਯੋਗ ਬਹੁਤ ਸੀਗਾ ਠੀਕ ਉਹਨਾਂ ਦੇ ਭੋਗ ਪਾਏ ਗਏ 11 ਤਰੀਕ ਨੂੰ ਤੇ 11 ਤਰੀਕ ਨੂੰ ਲੱਖਾਂ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਨੇ ਜੀ ਔਰ ਜਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਆਪਣੇ ਪ੍ਰਾਣਾਂ ਨੂੰ ਤਿਆਗਿਆ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਲੋਕਾਂ ਦੀ ਖਾਤਰ ਜ਼ਮੀਨ ਰੱਖਣ ਵਾਸਤੇ ਜੀ ਉਹਨਾਂ ਮੰਗਾਂ ਨੂੰ ਅੱਗੇ ਤੋਰਦਿਆਂ ਹਾਂਜੀ ਰਾਸ਼ਟਰਪਤੀ ਦੇ ਨਾਲ ਅਸੀਂ ਇੱਕ ਮੰਗ ਪੱਤਰ ਭੇਜਿਆ ਕਿਉਂਕਿ ਅਸੀਂ ਦੇਖਿਆ ਭਾਰਤ ਸਰਕਾਰ ਨੂੰ ਮੰਗ ਪੱਤਰ ਅਸੀਂ ਬਹੁਤ ਦੇ ਲਏ। ਅਜੇ ਮਿਸ਼ਰਾ ਟੈਣੀ ਜਿਹਨੇ ਯੂਪੀ ਦੇ ਵਿੱਚ ਕਤਲੇਆਮ ਕੀਤਾ ਸਾਡੇ ਕਿਸਾਨਾਂ ਦਾ ਜੀ ਉਹ ਬੰਦੇ ਨੂੰ ਸਰਕਾਰ ਉਹ ਜਿਉਂ ਦੀ ਤਿਉਂ ਆਪਦੀ ਪਦਵੀ ਤੇ ਬਿਠਾਈ ਬੈਠੀ ਹੈ ਜੀ ਤੋ ਅਸੀਂ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਇਸ ਬੰਦੇ ਨੂੰ ਤੁਰੰਤ ਇਸ ਪਦਵੀ ਤੋਂ ਹਟਾ ਕੇ ਔਰ ਇਹਦੇ ਇਸ ਆਦਮੀ ਨੂੰ ਦੇ ਖਿਲਾਫ ਜਿਹੜੀ ਬਣਦੀ ਹੈ ਕਾਰਵਾਈ ਕਰਕੇ ਇਹਨੂੰ ਜੇਲ੍ਹ ਭੇਜਣਾ ਬਣਦਾ ਹੈ ਨਾ ਕਿ ਇਹਨੂੰ ਏਡੀ ਵੱਡੀ ਕੁਰਸੀ ਦੇ ਬਿਠਾ ਕੇ। ਉਹ ਸਾਡੀ ਸਗੋਂ ਪਿਛਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਉਹਨਾਂ ਨੇ ਸਾਡੇ ਅਗਰ ਉਹ ਕੁਰਸੀ ਤੇ ਬੈਠਾ ਉਹ ਸਦਾ ਤੇ ਬੈਠਾ ਹੈ ਤਾਂ ਇੰਨਾ ਪ੍ਰਭਾਵਿਤ ਕਰ ਰਿਹਾ ਕਿ ਸਾਡੇ ਅਗਵਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਡੇ ਅਗਵਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਨੂੰ ਕੁੱਟਮਾਰ ਕੀਤੀ ਜਾ ਰਹੀ ਹੈ। ਅੱਛਾ ਜੀ ਅਗਰ ਉਹਨਾਂ ਤੇ ਹਮਲਾ ਜਾਨਲੇਵਾ ਹਮਲੇ ਹੋਣਗੇ ਤਾਂ ਫਿਰ ਇਨਸਾਫ਼ ਕਿੱਥੋਂ ਮਿਲੇਗਾ। ਸੋ ਇਹ ਸਾਰੀਆਂ ਮੰਗਾਂ ਅਸੀਂ ਦੇ ਕੇ ਆਏ ਹਾਂ ਔਰ ਅੱਗੇ ਵੀ ਤੁਹਾਨੂੰ ਪਤਾ ਹੋਏਗਾ ਕਿ ਆਪਾਂ 22 ਅਗਸਤ ਨੂੰ ਵੀ ਜੰਤਰ ਮੰਤਰ ਤੇ ਵੱਡਾ ਇਕੱਠ ਕੀਤਾ ਸੀ ਜੀ ਔਰ ਉਸ ਇਕੱਠ ਦੇ ਵਿੱਚੋਂ ਵੀ ਅਸੀਂ ਮੰਗ ਪੱਤਰ ਦਿੱਤਾ ਸਰਕਾਰ ਦੇ ਉੱਤੇ ਦਬਾਅ ਬਣਿਆ ਪਰ ਸਰਕਾਰ ਦੇ ਉੱਤੇ ਦਬਾਅ ਜਿੰਨਾ ਕੁ ਬਣਦਾ ਹੈ ਸਰਕਾਰ ਜਿਵੇਂ ਇੱਕ ਕਹਾਵਤ ਹੈ ਕਿ ਦੁੱਧ ਦਿੱਤਾ ਮੀਂਗਣਾ ਘੋਲ ਕੇ ਜਿੰਨਾ ਅਸੀਂ ਦਬਾਅ ਬਣਾ ਰਹੇ ਹਾਂ ਕੁਛ ਨਾ ਕੁਛ ਮਿਲ ਰਿਹਾ ਜਿਵੇਂ ਇਹਨਾਂ ਨੇ ਸਾਡੇ ਤੇ ਜਿਹੜੇ ਰੇਲਵੇ ਦੇ ਮੁਕੱਦਮੇ ਸੀ ਪੂਰੇ ਭਾਰਤ ਦੇ ਵਿੱਚ ਲੋਕਾਂ ਤੋਂ ਵਾਪਸ ਲਏ ਹੈ ਉਹਦੇ ਤੁਸੀਂ ਇੰਨੇ ਕੁ ਸਫਲ ਹੋਏ ਆ ਕਰਵਾਉਣ ਚ ਤੋ ਬਾਕੀ ਸਾਡੀ ਮੰਗ ਆ ਕਿ ਜਿਹੜੇ ਸਾਡੇ NRI ਵੀਰ ਬਾਹਰ ਬੈਠੇ ਹੈ ਉਹਨਾਂ ਦਾ ਕੀ ਕਸੂਰ ਆ ਵੀ ਜਿਹਨਾਂ ਨੇ ਲਗਾਤਾਰ ਅੰਦੋਲਨ ਦੇ ਵਿੱਚ ਕਿਸੇ ਨੇ ਵਿਚਾਰੇ ਨੇ $2 ਰੋਜ਼ ਸਾਡੇ ਲਈ ਭੇਜਦਾ ਰਿਹਾ ਕਿਸੇ ਨੇ ਇੱਥੇ ਆ ਕੇ ਲੰਗਰ ਲਾ ਤੇ ਕਿਸੇ ਨੇ ਇੱਥੇ ਆ ਕੇ ਸਾਨੂੰ ਸ਼ੈਲਟਰ ਹੋਮ ਬਣਾ ਤੇ ਔਰ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਬਲੈਕਲਿਸਟ ਕਰਤਾ। ਸਾਡੀ ਇਹ ਮੇਜਰ ਮੰਗ ਹੈ ਲਖੀਮਪੁਰ ਵਾਲੀ ਮੰਗ ਤੋਂ ਅਗਲੀ ਮੰਗ ਸਾਡੀ ਇਹ ਹੈ ਕਿ ਜਿੰਨਾ ਲੋਕਾਂ ਨੂੰ ਤੁਸੀਂ ਬਲੈਕਲਿਸਟ ਕੀਤਾ ਹੈ ਉਹ ਸਾਰੇ ਦੇ ਸਾਰੇ ਵੀਰਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢੋ ਆਪਦੇ ਪਰਿਵਾਰਾਂ ਨੂੰ ਮਿਲਣ ਦਿਓ ਇੱਥੇ ਉਹਨਾਂ ਦਾ ਕੀ ਕਸੂਰ ਹੈ। ਜਦੋਂ ਸਰਕਾਰ ਨੇ ਮੰਨ ਹੀ ਲਿਆ ਕਿ ਸਾਡੀ ਗਲਤੀ ਹੈ ਤਾਂ ਫਿਰ ਜਦੋਂ ਤੁਹਾਡੀ ਗਲਤੀ ਮੰਨ ਲਈ ਤੇ ਫਿਰ ਉਹਨਾਂ ਲੋਕਾਂ ਦਾ ਕੀ ਕਸੂਰ ਅੰਦੋਲਨ ਨੂੰ ਸਪੋਰਟ ਕੀਤੀ ਹੈ। ਹਾਂਜੀ ਹਾਂਜੀ ਤੋ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਅੰਦੋਲਨ ਨੂੰ ਹੋਰ ਅੱਗੇ ਤੋੜਾਂਗੇ। ਸਾਡਾ 23 ਤਰੀਕ ਨੂੰ ਕਰਨਾਟਕਾ ਦੇ ਵਿੱਚ ਇੱਕ ਪ੍ਰੋਗਰਾਮ ਆ ਉੱਥੇ ਵੀ ਅਸੀਂ ਕਰਨ ਜਾ ਰਹੇ ਹਾਂ। ਡੱਲੇਵਾਲ ਸਾਹਿਬ ਜਿੱਦਾਂ ਮਤਲਬ ਜਿਹੜਾ ਸੰਯੁਕਤ ਮੋਰਚਾ ਤੁਸੀਂ ਮੈਂ ਬਹੁਤ ਤੁਹਾਡੇ ਜਿੱਦਾਂ ਮੀਡੀਆ ਚ ਪੜਿਆ ਵੀ ਆ ਬਈ ਇਹ ਗੈਰ ਰਾਜਨੀਤਿਕ ਆ ਕੋਈ ਰਾਜਨੀਤਿਕ ਨਹੀਂ ਗਾ ਤੇ ਪਰ ਬਹੁਤ ਜਿੱਦਾਂ ਜਦੋਂ ਰਾਜੇਵਾਲ ਸਾਹਿਬ ਜਾਂ ਪਹਿਲਾਂ ਉਹਨਾਂ ਨੇ ਕੁਛ ਜਿੱਦਾਂ ਰਾਜਨੀਤਿਕ ਤੌਰ ਤੇ ਚੋਣ ਵੀ ਲੜ ਲਈ ਸੀ ਤੇ ਬਾਅਦ ਚ ਪਤਾ ਲੱਗਾ ਸੀ ਮੁੜ ਕੇ ਸੰਯੁਕਤ ਮੋਰਚਾ ਸਾਰਾ ਇੱਕ ਹੋ ਗਿਆ ਸਾਰੇ ਜਥੇਬੰਦੀਆਂ ਇੱਕ ਹੋ ਗਈਆਂ। ਉਹਦੇ ਬਾਰੇ ਕੀ ਸੰਗਤਾਂ ਜਾਣਨੀਆਂ ਜਾਂ ਬਾਹਰ ਬੈਠੇ ਲੋਕ ਜਾਣਨਾ ਚਾਹੁੰਦੇ ਆ ਰਾਜੇਵਾਲ ਸਾਹਿਬ ਦਾ ਕੀ ਰੋਲ ਹੈ ਇਸ ਵੇਲੇ ਤੁਹਾਡੀਆਂ ਕਿਸਾਨ ਯੂਨੀਅਨ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ? ਦੇਖੋ ਸਾਡਾ ਬੜਾ ਸਪਸ਼ਟ ਸੀਗਾ ਕਿ ਸਾਨੂੰ ਜੇਕਰ ਮੋਰਚੇ ਨੂੰ ਸਪੋਰਟ ਮਿਲੀ ਹੈ ਤਾਂ ਇਸ ਕਰਕੇ ਮਿਲੀ ਹੈ ਕਿ ਅਸੀਂ ਨਾਨ ਪੋਲੀਟੀਕਲ ਰਹੇ ਹਾਂ ਗੈਰ ਰਾਜਨੀਤਿਕ ਰਹੇ ਅਸੀਂ ਕਿਸੇ ਪੋਲੀਟੀਕਲ ਬੰਦੇ ਨੂੰ ਸਟੇਜ ਤੇ ਨਹੀਂ ਆਉਣ ਦਿੱਤਾ ਔਰ ਇਹਨਾਂ ਬੰਦਿਆਂ ਨੇ ਜਿਹੜੇ 25 ਜਥੇਬੰਦੀਆਂ ਨੇ SSM ਬਣਾ ਕੇ ਇਲੈਕਸ਼ਨ ਲੜਨ ਦਾ ਤੁਹਈਆ ਕੀਤਾ ਇਹਨਾਂ ਦੇ ਅੰਦਰ ਕਿਤੇ ਨਾ ਕਿਤੇ ਭਾਵਨਾ ਤਾਂ MLA MP ਤੇ ਸੋਰੀ ਮਿਨਿਸਟਰ ਬਣਨ ਦੀ ਇੱਛਾ ਤਾਂ ਪਈ ਹੈ ਨਾ ਔਰ ਇਹਨਾਂ ਬੰਦਿਆਂ ਨੇ ਸਾਨੂੰ MSP ਮਿਲਣੀ ਸੀ। ਮੈਂ ਦਾਅਵੇ ਨਾਲ ਗੱਲ ਕਰਦਾ ਕਿਉਂਕਿ MSP ਦੇ ਉੱਤੇ ਜਿਹੜੀ ਪ੍ਰੋਬਲਮ ਹੈ
हाँ वो जी वड्डी प्रॉब्लम ये है कि अमेरिका ने साडे खिलाफ WTO दे विच इक केस पाता अच्छा जी कि फार्मर इंडिया आपदे फार्मर नूं MSP देनी बंद नहीं कर रहा। हुण ये बंद हाँ क्यों करवा रहा है? ठीक क्योंकि गैट समझौता जिहड़ा 1994 दे विच होया उहदे जी विच लिखा होया है कि इंडिया आपदे फार्मर नूं MSP नहीं देगा। जी हुण इत्थे समझण वाली गल ये है कि साडे मोर्चे का प्रैशर सरकार ते इन्ना बन गया कि अगे UP की इलैक्शन आ गई, सरकार दबाव मन गई, जी इंडिया ने आपदे नाल 46 मुल्क होर जोड़ने जिन्हां ने एक रेजुलेशन पाउणा पाके देना सीगा WTO च जी कि सानू साडे फार्मरां नूं MSP देनी अलाउ कीती जाए। जी अगर उत्थों जिहड़ी जिथे लॉक लग्या पिया सीगा MSP ते ਉਹ ਲੋਕ ਖਲਾਉਣ ਵਾਸਤੇ ਸਰਕਾਰ ਤੁਰ ਪਈ ਔਰ ਐਨ ਮੌਕੇ ਤੇ ਚੋਣਾਂ ਦੀ ਖਾਜ ਨੇ ਚੋਣਾਂ ਦੀ ਕਾਲ ਨੇ ਸਾਡੇ ਵੀਰਾਂ ਨੂੰ ਉੱਥੇ ਮੋਰਚਾ ਨਹੀਂ ਟਿਕਾਉਣ ਦਿੱਤਾ। ਅਸੀਂ ਬਥੇਰੀ ਦੁਹਾਈ ਪਿੱਟੀ ਕਿ ਮੋਰਚਾ ਨਾ ਛੇੜੋ, ਮੋਰਚਾ ਜਿੱਤ ਲਈਏ ਫਿਰ ਸਾਰਾ ਕੁਛ ਹੋ ਜਾਊਗਾ, ਪਰ ਇਹਨਾਂ ਵੀਰਾਂ ਨੇ ਮਤਲਬ ਮੋਰਚਾ ਜ਼ਬਰਦਸਤੀ ਪੱਟ ਕੇ ਲਿਆਂਦਾ ਜਿਹਦੇ ਚੋਂ SKM ਵੀ ਟੁੱਟ ਗਿਆ। ਆ ਕੇ ਇੱਥੇ ਅਸੀਂ ਫਿਰ ਵੀ ਰੌਲਾ ਪਾਇਆ ਕਿ ਚੋਣਾਂ ਨਾ ਲੜੋ, ਅਸੀਂ ਹਜੇ ਸਾਡੀ ਲੜਾਈ ਬਾਕੀ ਹੈ। SSM ਨਾ ਬਣਾਓ, SKM ਹੈ, SKM ਰਹਿਣ ਦਿਓ, ਇਹਨੂੰ ਗੈਰ ਰਾਜਨੀਤਿਕ ਰਹਿਣ ਦਿਓ। ਪਰ ਇਹ ਤਾਂ ਸਾਡੇ ਨਾਲ ਲੜਦੇ ਸੀ ਜੀ ਕਿ ਤੁਸੀਂ ਡਰਪੋਕ ਹੈ, ਤੁਸੀਂ ਪੋਲੀਟੀਕਲ ਧਿਰਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਕਿਹਾ ਵੀ ਅਸੀਂ ਤਾਂ ਰਾਜਨੀਤੀ ਦੇ ਵਿੱਚ ਨਹੀਂ ਜਾਣਾ, ਨਾ ਕਿਸੇ ਦੀ ਸਪੋਰਟ ਕਰਾਂਗੇ ਤੇ ਨਾ ਅਸੀਂ ਮਤਲਬ ਕੋਈ ਬੰਦੇ ਖੜੇ ਕਰਾਂਗੇ। ਠੀਕ ਹੈ, ਸਾਡਾ ਕੰਮ ਹੈ, ਦੇਖੋ ਅਸੀਂ ਲੜਾਈ ਲੜੀ ਹੈ ਆਪਾਂ ਸਾਰਿਆਂ ਨੇ, ਤੁਸੀਂ ਵੀ ਬਾਹਰ ਬੈਠਿਆਂ ਨੇ ਸਾਡਾ ਸਹਿਯੋਗ ਦਿੱਤਾ, ਤੁਸੀਂ ਵੀ ਲੜੀ ਹੈ ਜੀ। ਸਵਾਲ ਸਮਝਣ ਵਾਲਾ ਇੱਥੇ ਨੁਕਤਾ ਇਹ ਹੈ ਬਹੁਤ ਵੱਡਾ, ਪੰਜਾਬ ਦੇ ਵਿੱਚੋਂ 13 MP, ਹਰਿਆਣੇ ਦੇ ਵਿੱਚੋਂ 10-11 ਜੀ, 23 ਬਣ ਗਏ। ਹਾਂਜੀ, ਅਗਰ ਜਿੰਨਾ ਵੀ UP ਦਾ ਖੇਤਰ ਚੋਂ ਲੋਕਾਂ ਨੇ ਸਪੋਰਟ ਦਿੱਤੀ, 5-7-10 MP ਮੰਨ ਲਓ ਉੱਥੋਂ ਹੋ ਜਾਣ ਜੀ, ਉਹ ਵੀ 10 ਪਾ ਲਈਏ ਤੇ ਅਸੀਂ ਲਗਭਗ 40-45 MP ਇਕੱਠੇ ਕਰ ਸਕਦੇ ਹਾਂ। ਹਾਂਜੀ, ਅਗਰ ਸਾਡੇ 40-45 MP ਜਿੱਤ ਕੇ ਬੈਠੇ ਹੁੰਦੇ, ਹਾਂਜੀ, ਤੇ ਸਰਕਾਰ ਇਹ ਕਾਨੂੰਨ ਲਿਆਉਣਾ ਚਾਹੁੰਦੀ ਜੀ, ਸਾਡੇ MPਆਂ ਦਾ ਕੁਛ ਨਹੀਂ ਸੀ ਵੱਟਿਆ ਜਾਣਾ, ਔਰ ਸਰਕਾਰ ਨੇ ਬਹੁਮਤ ਨਾਲ ਇਹ ਕਾਨੂੰਨ ਲਿਆ ਦੇਣੇ ਸੀ ਤੇ ਸਾਡਾ ਨੁਕਸਾਨ ਕਰ ਦੇਣਾ ਸੀ ਜੀ। ਔਰ ਇਸੇ ਖਿੱਤੇ ਦੇ ਲੋਕ ਜਦੋਂ ਸੜਕਾਂ ਤੇ ਬੈਠੇ ਆ, ਦਬਾਅ ਬਣਾਇਆ ਹੈ, ਅੰਦੋਲਨ ਦੇ ਰਾਹ ਤੁਰੇ ਹੈ, ਤਾਂ ਇੰਨੇ ਹੀ ਖਿੱਤੇ ਦੇ ਲੋਕਾਂ ਨੇ ਸਰਕਾਰ ਨੂੰ ਮਜਬੂਰ ਕਰ ਲਿਆ, ਉਸੇ ਪਾਰਲੀਮੈਂਟ ਨੇ ਜਿਹਨੇ ਕਾਨੂੰਨ ਬਣਾਏ ਸੀ ਉਹਨੂੰ ਵਾਪਸ ਲੈਣੇ ਪਏ। ਤੇ ਇਹਦਾ ਮਤਲਬ ਕੀ ਹੈ ਕਿ ਸਾਨੂੰ ਪ੍ਰੈਸ਼ਰ ਗਰੁੱਪ ਨੂੰ ਕਾਇਮ ਕਰਨ ਦੀ ਲੋੜ ਹੈ, ਸਾਨੂੰ ਚੋਣਾਂ ਵਿੱਚ ਨਹੀਂ ਜਾਣ ਦੀ ਲੋੜ ਹੈ। ਔਰ ਉਹਨਾਂ ਵੀਰਾਂ ਨੇ ਮਤਲਬ SKM ਦਾ ਬਹੁਤ ਵੱਡੀ ਪੱਧਰ ਦੇ ਉੱਤੇ ਨੁਕਸਾਨ ਕਰਤਾ, ਔਰ ਇਹ ਜ਼ਰੂਰ ਹੈ ਕਿ ਜਿਹੜੇ ਲੋਕ ਅੱਜ ਵੀ ਚਾਹੁੰਦੇ ਨੇ ਕਿ ਗੈਰ ਰਾਜਨੀਤਿਕ ਮੋਰਚਾ ਰਹਿਣਾ ਚਾਹੀਦਾ ਹੈ, ਉਹ ਬਹੁਤ ਭਰਪੂਰ ਸਹਿਯੋਗ ਦੇ ਰਹੇ ਹੈ। ਅੱਜ ਜੇ ਆਪਾਂ ਉੱਥੇ ਕਰ ਰਹੇ ਸੀਗੇ ਸ਼ਹੀਦੀ ਸਮਾਰੋਹ, ਜਾਂ ਜਿਸ ਦਿਨ ਆਪਾਂ 22 ਅਗਸਤ ਨੂੰ ਜੰਤਰ ਮੰਤਰ ਤੇ ਪ੍ਰੋਗਰਾਮ ਦਿੱਤਾ ਹੈ, ਤੁਸੀਂ ਦੇਖਿਆ ਕਿੰਨਾ ਲੋਕਾਂ ਨੇ ਪਿਆਰ ਦਿੱਤਾ ਉਸ ਪ੍ਰੋਗਰਾਮ ਨੂੰ, ਕਿੰਨਾ ਸਫਲ ਕੀਤਾ ਉਸ ਪ੍ਰੋਗਰਾਮ ਨੂੰ। ਔਰ ਲੋਕ ਗੈਰ ਰਾਜਨੀਤਿਕ ਰਹਿ ਕੇ ਲੜਨਾ ਚਾਹੁੰਦੇ ਨੇ, ਲੋਕਾਂ ਦਾ ਵਿਸ਼ਵਾਸ ਨਾ ਟੁੱਟੇ, ਸਾਨੂੰ ਉਹਨਾਂ ਰਾਹਾਂ ਤੇ ਤੁਰਨਾ ਚਾਹੀਦਾ ਹੈ। SKM